ਰਾਜਪੁਰਾ ਦੇ ਨੇੜਲੇ ਪਿੰਡ ਕੁੱਥਾ ਖੇੜੀ ਵਿਖੇ ਜਤਿੰਦਰ ਸਿੰਘ ਦੇ ਘਰੇ ਸਵੇਰੇ 5 ਵਜੇ NIA ਦੀ ਟੀਮ ਨੇ ਛਾਪੇਮਾਰੀ ਕੀਤੀ ਹੈ। ਛਾਪੇਮਾਰੀ ਦੇ ਅਸਲ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗਾ। ਟੀਮ ਨੇ ਸਾਰੇ ਘਰ ਦੀ ਛਾਣਬੀਣ ਕੀਤੀ ਅਤੇ ਜਾਂਦੇ ਜਾਂਦੇ 2 ਮੋਬਾਈਲ ਫੋਨ ਨਾਲ ਲੈ ਗਏ। ਪਿੰਡ ਵਾਸੀ ਜਤਿੰਦਰ ਸਿੰਘ ਨੂੰ 26 ਸਤੰਬਰ ਨੂੰ ਚੰਡੀਗੜ੍ਹ ਵਿਖੇ ਪੁੱਛਗਿੱਛ ਦੇ ਲਈ ਬੁਲਾਇਆ ਸੀ। ਇਸ ਮੌਕੇ ਤੇ ਪੱਤਰਕਾਰਾਂ ਨੇ ਗੱਲਬਾਤ ਕਰਨੀ ਚਾਹੀ ਪਰ NIA ਦੀ ਟੀਮ ਨੇ ਕਿਸੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ। ਅੱਜ ਸਵੇਰੇ ਆਈ ਸੀ ਆਪਣਾ, ਸਾਨੂੰ ਤਾਂ ਪਤਾ ਵੀ ਨਹੀਂ ਸੀ ਸਾਨੂੰ, ਤੇ ਸਵੇਰੇ ਉੱਠ ਕੇ ਪਾਠ ਕਰ ਰਹੇ ਸੀ ਆਪਣਾ, 2 ਵਜੇ ਉੱਠ ਜਾਣਾ ਸੀ ਤੇ ਮੈਂ ਦੇਖਿਆ ਵੀ ਬਾਹਰ ਨਾ ਕੋਈ ਆਏ ਹੋਏ ਆ, ਫਿਰ ਮੈਂ ਮਤਲਬ ਉਹ ਕਹਿੰਦੇ ਵੀ ਦਿੱਲੀ ਤੋਂ ਆਏ ਹੋਏ ਆ ਵੀ ਕੋਈ, ਫਿਰ ਅੰਦਰ ਆ ਕੇ ਉਹਨਾਂ ਨੇ ਸਾਰੇ ਘਰ ਦੀ ਛਾਣਬੀਣ ਕਰੀ, ਚਲੋ ਉਹਨਾਂ ਦਾ ਫਰਜ਼ ਸਾਰਾ, ਉਹਨਾਂ ਨੇ ਦੇਖਿਆ ਵੀ ਕੋਈ, ਉਸ ਤੋਂ ਬਾਅਦ ਛਾਣਬੀਣ ਕਰਕੇ ਉਹਨਾਂ ਨੂੰ ਮਤਲਬ ਕਿ ਕੁਛ ਏਦਾਂ ਦਾ ਬਰਾਮਦ ਨਹੀਂ ਹੋਇਆ। ਸਾਡੇ 2 ਫੋਨ ਲੈ ਗਏ ਇਨਵੈਸਟੀਗੇਸ਼ਨ ਵਾਸਤੇ ਤੇ ਆਪਣਾ 2 ਕਿਤਾਬਾਂ ਸੀ ਹਨਾ, ਜੋ 2 ਕਿਤਾਬਾਂ ਲੈ ਕੇ, ਇਤਿਹਾਸ ਦੀਆਂ 2 ਕਿਤਾਬਾਂ ਸੀ। ਸਿੱਧੇ ਸਾਧੇ ਆਪਣਾ ਪਾਠ ਕਰਦੇ ਆ ਉੱਤੇ, ਆਪਾਂ ਚੱਲਦੇ ਆ ਉੱਪਰ ਦਿਖਾ ਦਿੰਦੇ ਆ ਉੱਪਰ। ਉਹਨਾਂ ਦੇ ਦੁਆਰਾ ਕੀ ਦੱਸਿਆ ਗਿਆ ਕਿ ਕਿਉਂ ਜਿਹੜਾ, ਉਹ ਕਹਿੰਦੇ ਵੀ ਉਹਦੇ ਨਾਲ ਏਦਾਂ ਲੱਗਿਆ ਵੀ ਹੁਣ ਸੰਗਤ ਸਾਡੇ ਕੋਲੋਂ ਪਾਠ ਕਰਵਾਉਂਦੀ ਹੈ ਹਨਾ, ਵੀ ਕੋਈ ਏਦਾਂ ਦਾ ਬੰਦੇ ਨੇ ਸਾਨੂੰ ਸੰਪਰਕ ਨਾ ਕੀਤੇ ਕਰ ਲਿਆ ਹੋਵੇ, ਏਦਾਂ ਹੋ ਸਕਦਾ, ਬਾਕੀ ਸਾਨੂੰ ਅਜੇ ਪ੍ਰੋਪਰ ਜਾਣਕਾਰੀ ਨਹੀਂ ਹੈਗੀ। ਡੇਟ ਵਗੈਰਾ, ਡੇਟ ਦਿੱਤੀ ਹੈ ਸਾਨੂੰ 26 ਤਰੀਕ ਨੂੰ ਚੰਡੀਗੜ੍ਹ ਮਾਡਲ ਜੇਲ ਵਿਖੇ ਉਹਨਾਂ ਨੇ ਆਪਣੀ ਉਹਦੀ ਇੱਕ ਜਿਹੜਾ 7 ਦਿਨਾਂ ਦਾ ਪਾਠ ਹੈ, ਸੰਪਟ ਪਾਠ ਹੈ, ਉਹਦੀ 51,000 ਸੇਵਾ, ਦੂਜਾ 13 ਦਿਨਾਂ ਦਾ ਪਾਠ ਹੁੰਦਾ ਉਹਦੀ 1,00,000 ਰੁਪਇਆ ਸੇਵਾ। ਸਾਰੇ ਪਾਰਟੀ ਸਿੰਘ ਵੀ ਆਪਣੀ ਫੰਡਿੰਗ ਕੋਈ ਨਹੀਂ ਆਈ ਹੈਗੀ, ਮੇਰੀ ਸਾਰੀ ਸਟੇਟਮੈਂਟਾਂ ਵੀ ਹੈ ਉਹਨਾਂ ਨੇ ਦੇਖ ਲਈਆਂ, ਕੋਈ ਵੀ ਏਦਾਂ ਦੀ ਕੋਈ ਬੈਂਕ ਦੇ ਅਕਾਊਂਟ ਵਗੈਰਾ ਸਾਰੇ ਲੈ ਗਏ, ਫੋਨ ਨੰਬਰ ਦੇ ਨਾਲ ਹੀ ਲਿੰਕ ਸੀ, ਫੋਨ ਨੰਬਰ ਦੇ ਵਿੱਚ ਸਾਰਾ ਕੁਛ ਸੀ, ਉਹ ਫੋਨ ਨੰਬਰ ਲੈ ਕਿਹੜੇ ਕਿਹੜੇ ਮੋਬਾਈਲ ਲੈ ਕੇ ਗਏ ਨੇ ਜੀ? ਮੇਰੇ ਨੇ, ਮੇਰੇ ਮੋਬਾਈਲ ਲੈ ਕੇ ਗਏ, ਹਾਂਜੀ, ਬਾਕੀ ਘਰ ਦੇ ਮੋਬਾਈਲ ਸਾਰੀ ਛਾਣਬੀਣ ਕਰੀ, ਮੇਰੇ ਦੇ ਵਿੱਚ ਵੀ ਇਹਨਾਂ, ਉਹ ਕਹਿੰਦੇ ਵੀ ਅੱਗੇ ਜਾ ਕੇ ਹੋਰ ਇਨਵੈਸਟੀਗੇਸ਼ਨ ਕਰ ਲਾਂਗੇ। ਅੱਜ ਸਵੇਰੇ ਆਈ ਸੀ, 5:30 ਵਜੇ। ਹੋਰ ਇਨਵੈਸਟੀਗੇਸ਼ਨ ਦੀ ਕੋਈ ਦੱਸਣਾ ਚਾਹੁੰਦੇ ਹੋ ਤੁਸੀਂ ਆਪਣੇ ਆਪ? ਹੋਰ ਤਾਂ ਕੁਛ ਨੀ ਏਦਾਂ ਦੀ ਗੱਲ ਹੈਗੀ ਜੀ, ਬਾਕੀ ਇਨਵੈਸਟ ਸਵੇਰੇ ਸਾਰੇ ਘਰ ਦੀ ਛਾਣਬੀਣ ਕਰੀ, ਉਹਨਾਂ ਨੇ ਕੁਛ ਨੀ ਮਿਲਿਆ, ਸਾਰੇ ਬੈਡਾਂ ਤੋਂ ਲੈ ਕੇ ਸਾਰਾ ਕੁਛ ਉਹਨੇ ਛਾਣਬੀਣ ਕਰੀ, ਚਲੋ ਉਹਨਾਂ ਦੀ ਡਿਊਟੀ ਸੀ ਤੇ ਬਾਕੀ ਏਦਾਂ ਦੀ ਕੋਈ ਮੋਬਾਈਲ ਲੈ ਕੇ 2 ਬੁੱਕਾਂ ਮਿਲੀਆਂ, ਬਸ ਹੋਰ ਤਾਂ ਕੁਛ ਨੀ ਹੈਗਾ ਜੀ ਉਹਨਾਂ ਨੂੰ, ਬਸ ਇਹੀ ਸੀ। ਅੱਛਾ, ਜੱਦੀ ਪਿੰਡ ਹੈ ਸਾਡਾ, ਉੱਥੇ ਖੜੀ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ TV ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।